ਆਹ ਸਾਸ ਮਾਨਵ ਸਰੀਰ ਮਿਲਿਆ ਹੈ ਵਾਹਿਗੁਰੂ ਦਾ ਭਜਨ ਕਰਨ ਵਾਸਤੇ। ਇਹਦਾ ਮਤਲਬ ਇਹ ਨਹੀਂ ਹੈ ਵੀ ਵਿਹਾਰਕਾਰ ਨਹੀਂ ਕਰਨਾ, ਕਰੋ, ਨੌਕਰੀ ਚਾਕਰੀ ਕਰੋ, ਵਣਜ ਵਪਾਰ ਕਰੋ, ਖੇਤੀ ਪੱਤੀ ਕਰੋ, ਜਿੱਥੇ ਜਿੱਥੇ ਹੈ ਕੋਈ ਖੜਾ ਕਰੋ, ਪਰ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਮਾਨਵ ਤਨ ਧਾਰਿਆ ਨਿਸ਼ਫਲ ਹੈ। ਇਹ ਗੈਰ ਲਾਜ਼ਮੀ ਫਰਜ਼ ਹੈ, ਵਿਵਹਾਰਕ ਫਰਜ਼ ਹੈ। ਜਿਸਮ ਦੀ ਹੱਦ ਤੱਕ ਹੀ ਮਹਿਦੂਦ ਹੈ ਇਹ, ਜਿਸ ਜਿਸ ਵਕਤ ਵਕਤ ਅਖੀਰ ਆਇਆ, ਮ੍ਰਿਤੂ ਦਾ ਸਮਾਂ ਆਇਆ, ਜੀਵ ਆਤਮਾ ਤਾਂ ਮਰਦਾ ਨਹੀਂ ਨਾ, ਅੱਗੇ ਹੋਰ ਸਰੀਰ ਧਾਰਨ ਕਰਦਾ ਹੈ, ਸਰੀਰ ਵੀ ਕਰਮਾਂ ਦਾ ਫਲ ਧਾਰਨ ਕਰਦਾ, ਵਾਸਨਾ ਅਨੁਸਾਰ ਧਾਰਨ ਕਰਦਾ ਹੈ। ਜਿਸਨੇ ਬੰਦਗੀ ਨਹੀਂ ਕੀਤੀ ਫਿਰ ਤਾਂ ਉਹਦੇ ਵਾਸਤੇ ਇਹ ਹੈ ਗੁਰਮੰਤਰਹੀਣ ਜੋ ਪ੍ਰਾਣੀ ਤ੍ਰਿਗੰਤ ਜਨਮ ਕ੍ਰਿਸ਼ਨ ਹੈ, ਸ਼ੁਕਰਾ ਕੁਕਰਾ ਗਰਭ ਸਤਨਾ ਕਾਕਾ ਤਰੁਪਨ, ਉਹਦੇ ਵਾਸਤੇ ਮਨੁੱਖ ਦੇਵ ਨਹੀਂ ਮਿਲਦੀ ਹੁੰਦੀ ਨਿਗੁਰੇ ਪੁਰਸ਼ ਨੂੰ, ਜਿਹੜੇ ਗੁਰੂ ਸ਼ਰਨ ਵਿੱਚ ਆ ਕੇ ਜੇ ਜ਼ਿਆਦਾ ਨਹੀਂ ਕਮ ਸੇ ਕਮ 2.5 ਘੰਟੇ ਵੀ ਭਜਨ ਕਰਦੇ ਰਹਿੰਦੇ ਹਨ, ਉਹ ਕਮ ਸੇ ਕਮ ਮਨੁੱਖ ਸਰੀਰ ਤੋਂ ਨਹੀਂ ਗਿਰਦੇ। ਜਿਵੇਂ ਸਕੂਲ ਵਿੱਚ ਪੜ੍ਹਨ ਵਾਲੇ ਲੜਕੇ ਰਾਤ ਦੇ ਵਕਤ ਪੜ੍ਹਦੇ ਹਨ, ਪੜ੍ਹਦਿਆਂ ਪੜ੍ਹਦਿਆਂ ਨੀਂਦ ਆ ਗਈ, ਲੈਂਪ ਮੱਚਦਾ ਹੈ, ਜਦੋਂ ਜਾਗ ਆ ਗਈ ਜਿੱਥੋਂ ਛੱਡਿਆ ਉੱਥੋਂ ਫਿਰ ਪੜ੍ਹਨ ਲੱਗ ਪੈਂਦੇ। ਭਜਨ ਕਰਦੇ ਕਰਦੇ ਗੁਰੂ ਵਾਲੇ ਹੋ ਕੇ ਜਿਹੜੇ ਸਰੀਰ ਤਿਆਗਦੇ ਹਨ, ਜਿੱਥੋਂ ਸਭ ਛੱਡਿਆ ਹੈ, ਜਿੰਨਾ ਭਜਨ ਕੀਤਾ, ਜਿੰਨੀ ਆਤਮ ਸਫ਼ਰ ਕੀਤਾ ਹੁੰਦਾ ਹੈ, ਮਨ ਸਰੀਰ ਧਾਰ ਕੇ ਗੁਰਮੁਖਾਂ ਦੇ ਘਰੋਂ ਦਾ ਜਨਮ ਲਿਆ, ਉੱਥੋਂ ਫਿਰ ਸਤਸੰਗ ਮਿਲ ਜਾਂਦਾ ਹੈ, ਫਿਰ ਬੰਦਗੀ ਸ਼ੁਰੂ ਕਰ ਦਿੰਦੇ, ਕਿਉਂ ਉਹਨਾਂ ਨੂੰ ਘਾਟੇ ਵਾਲਾ ਸੌਦਾ ਨਹੀਂ ਹੈ। ਜਿਨ੍ਹਾਂ ਨੇ ਆਤਮਿਕ ਸਫ਼ਰ ਮੁਕਾ ਲਿਆ ਹੈ ਉਹਨਾਂ ਦਾ ਆਵਣ ਜਾਣਦੇ ਹੋ, ਕਹਿਣੇ ਹੀ ਕੀ ਹੈ, ਉਹ ਗੁਰੂਆਂ ਤਾਂ ਮੁਕਤ ਹੋ ਚੁੱਕੀਆਂ ਹੋਈਆਂ ਹਨ, ਉਹਨਾਂ ਦੀ ਕਾਰਨਾ ਥਾਂ ਪੈ ਚੁੱਕੀ ਹੋਈ ਹੈ। ਬਾਕੀ ਘੱਟ ਤਾਂ ਉਹਨਾਂ ਨੂੰ ਹੈ ਜਿਹੜੇ ਗੁਰੂ ਸ਼ਰਨ ਵਿੱਚ ਆਏ ਹੀ ਨਹੀਂ, ਬੰਦਗੀ ਹੀ ਨਹੀਂ ਕਰਦੇ, ਉਹ ਤਾਂ ਘਾਟੇ ਵਾਲਾ ਹੀ ਸੌਦਾ ਹੈ ਸਰਾਸਰ।